ਅੱਜ ਮਾਣਯੋਗ ਸੁਪਰੀਮ ਕੋਰਟ ਵੱਲੋਂ ਜੋ ਫੈਸਲਾ ਦਿੱਤਾ ਗਿਆ ਹੈ ਕਿ ਜਿਹੜੇ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਤੇ ਹਰਿਆਣਾ ਸਰਕਾਰ ਵੱਲੋਂ ਬੈਰੀਕੇਡ ਲਾ ਕੇ ਰਸਤੇ ਜਾਮ ਕੀਤੇ ਹੋਏ ਨੇ ਅਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ, ਇਹਦੇ ਸੰਬੰਧ ਵਿੱਚ ਪਹਿਲਾਂ ਕਿਸੇ ਸੱਜਣ ਨੇ PIL ਪਾਈ ਸੀ ਕਿ ਰਸਤੇ ਖੋਲ੍ਹੇ ਜਾਣ, ਅਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਆਦੇਸ਼ ਦਿੱਤਾ ਸੀ ਕਿ ਇਹ ਰਸਤੇ ਖੋਲ੍ਹੇ ਜਾਣ। ਪਰ ਬਹੁਤ ਦੁੱਖ ਨਾਲ ਕਹਿਣਾ ਪਵੇਗਾ ਕਿ ਸਰਕਾਰਾਂ ਰਸਤੇ ਖੋਲ੍ਹਦੀਆਂ ਨੇ, ਪਰ ਹਰਿਆਣਾ ਸਰਕਾਰ ਰਸਤਾ ਖੋਲ੍ਹਣ ਦੀ ਬਜਾਏ ਉਸ ਫੈਸਲੇ ਦੇ, ਹਾਈਕੋਰਟ ਦੇ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਚਲੀ ਗਈ। ਅਤੇ ਅੱਜ ਜੋ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ, ਬਹੁਤ ਹੈਰਾਨੀਜਨਕ ਫੈਸਲਾ ਦਿੱਤਾ ਹੈ ਕਿ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਹਰਿਆਣਾ ਅਤੇ ਪੰਜਾਬ ਦੇ DGP ਬੈਠ ਕੇ ਜਿਹੜਾ ਇਹ ਇੱਕ ਰਸਤਾ ਜਿਹੜਾ ਉਹ ਖੁਲਾਉਣ, ਜਿਹਦੇ ਨਾਲ ਐਂਬੂਲੈਂਸ ਅਤੇ ਸੀਨੀਅਰ ਸਿਟੀਜਨਾਂ ਨੂੰ ਕੋਈ ਮੁਸ਼ਕਲ ਨਾ ਆਵੇ। ਮੈਂ ਮਾਣਯੋਗ ਸੁਪਰੀਮ ਕੋਰਟ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹੈ ਕਿ ਸੀਨੀਅਰ ਸਿਟੀਜਨ ਅਤੇ ਜਿਹੜੇ ਹੈਗੇ ਨੇ ਐਂਬੂਲੈਂਸਾਂ, ਉਹਨਾਂ ਵਾਸਤੇ ਤਾਂ ਤੁਸੀਂ ਰਸਤਾ ਖੋਲ੍ਹਣ ਲਈ ਕਹਿ ਦਿੱਤਾ, ਜਿਹੜੇ ਬਾਕੀ ਦੇਸ਼ ਦੇ ਲੋਕ ਨੇ ਉਹਨਾਂ ਨੇ ਕੀ ਮਾੜਾ ਕੀਤਾ ਇਸ ਰਸਤੇ ਰੁਕਣ ਦੇ ਨਾਲ? ਜਿਹੜਾ ਹੈ ਇਹ ਪੰਜਾਬ ਅਤੇ ਹਰਿਆਣੇ ਦੇ ਜਿਹੜੇ ਵਪਾਰੀ ਨੇ, ਉਹਨਾਂ ਦੇ ਜਿਹੜੇ NRI ਵੀਰ ਬਾਹਰ ਅੰਦਰ ਦਿੱਲੀ ਉਹ ਜਾ ਰਹੇ ਨੇ ਜਾਂ ਦਿੱਲੀ ਨੂੰ ਜਾਂ ਜਿਹਨਾਂ ਨੇ ਬਾਹਰ ਜਾਣਾ, ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਆ ਰਹੀਆਂ ਨੇ। ਆਮ ਜਨਤਾ ਜਿਹੜੀ ਆ ਉਹ ਕਿੰਨੀਆਂ ਮੁਸ਼ਕਲਾਂ 'ਚ ਹੈ, ਇੱਥੋਂ ਤੱਕ ਕਿ ਸਕੂਲ ਕਾਲਜਾਂ ਦੇ ਬੱਚੇ ਜਿਹੜੇ ਉਹਨਾਂ ਨੂੰ ਮੁਸ਼ਕਲਾਂ ਆ ਗਏ ਨੇ। ਸੋ ਇਹ ਰਸਤਾ ਜਿਹੜਾ ਖੋਲ੍ਹਣ ਦੇ ਆਦੇਸ਼ ਕਰਨੇ ਚਾਹੀਦੇ ਸੀ। ਔਰ ਇਹ ਗੱਲ ਸਾਬਤ ਹੋ ਗਈ ਹੈ ਕਿ ਰਸਤਾ ਜਿਹੜਾ ਸੀ ਇਹ ਕਿਸਾਨਾਂ ਨੇ ਨਹੀਂ ਰੋਕੇ, ਇਹ ਹਰਿਆਣਾ ਸਰਕਾਰ ਨੇ ਰੋਕੇ ਸੀ, ਜਿਸ ਕਰਕੇ ਹਰਿਆਣਾ ਸਰਕਾਰ ਮਾਣਯੋਗ ਹਾਈਕੋਰਟ ਦੇ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਗਈ। ਅਤੇ ਸੁਪਰੀਮ ਕੋਰਟ ਨੇ ਅੱਜ ਜਿਹੜਾ ਫੈਸਲਾ ਦਿੱਤਾ ਇਹ ਹੈਰਾਨੀਜਨਕ ਫੈਸਲਾ ਹੈ। ਅਤੇ ਮੈਂ ਮਾਣਯੋਗ ਸੁਪਰੀਮ ਕੋਰਟ ਨੂੰ ਅਪੀਲ ਕਰਨੀ ਚਾਹੁੰਦਾ ਕਿ ਇਹ 'ਤੇ ਮੁੜ ਵਿਚਾਰ ਕਰਕੇ ਅਤੇ ਇਹ ਰਸਤੇ ਜਿਹੜੇ ਆ ਇਹ ਖੋਲ੍ਹੇ ਜਾਣ, ਜਾਂ ਤਾਂ ਸੁਪਰੀਮ ਕੋਰਟ ਵਿੱਚ ਪੈ ਕੇ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਪੂਰਨ ਤੌਰ 'ਤੇ ਲਾਗੂ ਕਰਾਵੇ, ਜਾਂ ਫਿਰ ਇਹ ਰਸਤੇ ਜਿਹੜੇ ਨੇ ਖੁਲਾ ਕੇ ਅਤੇ ਸਾਨੂੰ ਦਿੱਲੀ ਜਾਣ ਦੀ ਜਿਹੜੀ ਆ ਉਹ ਰਸਤੇ ਜਿਹੜੇ ਆ ਉਹ ਕਲੀਅਰ ਕੀਤੇ ਜਾਣ। ਸੋ ਇਹ ਜਿਹੜਾ ਫੈਸਲਾ ਅੱਜ ਕੀਤਾ ਹੈ ਸੁਪਰੀਮ ਕੋਰਟ ਨੇ, ਇਹ 'ਤੇ ਸੁਪਰੀਮ ਕੋਰਟ ਨੂੰ ਮੁੜ ਵਿਚਾਰ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮਾਣਯੋਗ ਸੁਪਰੀਮ ਕੋਰਟ ਵੱਲੋਂ ਜੋ ਫੈਸਲਾ ਦਿੱਤਾ ਗਿਆ ਹੈ ਕਿ ਜਿਹੜੇ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਤੇ ਹਰਿਆਣਾ ਸਰਕਾਰ ਵੱਲੋਂ ਬੈਰੀਕੇਡ ਲਾ ਕੇ ਰਸਤੇ ਜਾਮ ਕੀਤੇ ਹੋਏ ਨੇ ਅਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ, ਇਹਦੇ ਸੰਬੰਧ ਵਿੱਚ ਪਹਿਲਾਂ ਕਿਸੇ ਸੱਜਣ ਨੇ PIL ਪਾਈ ਸੀ ਕਿ ਰਸਤੇ ਖੋਲ੍ਹੇ ਜਾਣ, ਅਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਆਦੇਸ਼ ਦਿੱਤਾ ਸੀ ਕਿ ਇਹ ਰਸਤੇ ਖੋਲ੍ਹੇ ਜਾਣ। ਪਰ ਬਹੁਤ ਦੁੱਖ ਨਾਲ ਕਹਿਣਾ ਪਵੇਗਾ ਕਿ ਸਰਕਾਰਾਂ ਰਸਤੇ ਖੋਲ੍ਹਦੀਆਂ ਨੇ, ਪਰ ਹਰਿਆਣਾ ਸਰਕਾਰ ਰਸਤਾ ਖੋਲ੍ਹਣ ਦੀ ਬਜਾਏ ਉਸ ਫੈਸਲੇ ਦੇ, ਹਾਈਕੋਰਟ ਦੇ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਚਲੀ ਗਈ। ਅਤੇ ਅੱਜ ਜੋ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ, ਬਹੁਤ ਹੈਰਾਨੀਜਨਕ ਫੈਸਲਾ ਦਿੱਤਾ ਹੈ ਕਿ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਹਰਿਆਣਾ ਅਤੇ ਪੰਜਾਬ ਦੇ DGP ਬੈਠ ਕੇ ਜਿਹੜਾ ਇਹ ਇੱਕ ਰਸਤਾ ਜਿਹੜਾ ਉਹ ਖੁਲਾਉਣ, ਜਿਹਦੇ ਨਾਲ ਐਂਬੂਲੈਂਸ ਅਤੇ ਸੀਨੀਅਰ ਸਿਟੀਜਨਾਂ ਨੂੰ ਕੋਈ ਮੁਸ਼ਕਲ ਨਾ ਆਵੇ। ਮੈਂ ਮਾਣਯੋਗ ਸੁਪਰੀਮ ਕੋਰਟ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹੈ ਕਿ ਸੀਨੀਅਰ ਸਿਟੀਜਨ ਅਤੇ ਜਿਹੜੇ ਹੈਗੇ ਨੇ ਐਂਬੂਲੈਂਸਾਂ, ਉਹਨਾਂ ਵਾਸਤੇ ਤਾਂ ਤੁਸੀਂ ਰਸਤਾ ਖੋਲ੍ਹਣ ਲਈ ਕਹਿ ਦਿੱਤਾ, ਜਿਹੜੇ ਬਾਕੀ ਦੇਸ਼ ਦੇ ਲੋਕ ਨੇ ਉਹਨਾਂ ਨੇ ਕੀ ਮਾੜਾ ਕੀਤਾ ਇਸ ਰਸਤੇ ਰੁਕਣ ਦੇ ਨਾਲ? ਜਿਹੜਾ ਇਹ ਪੰਜਾਬ ਅਤੇ ਹਰਿਆਣੇ ਦੇ ਜਿਹੜੇ ਵਪਾਰੀ ਨੇ, ਉਹਨਾਂ ਦੇ ਜਿਹੜੇ NRI ਵੀਰ ਬਾਹਰ ਅੰਦਰ ਦਿੱਲੀ ਉਹ ਜਾ ਰਹੇ ਨੇ ਜਾਂ ਦਿੱਲੀ ਨੂੰ ਜਾਂ ਜਿਹਨਾਂ ਨੇ ਬਾਹਰ ਜਾਣਾ, ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਆ ਰਹੀਆਂ ਨੇ। ਆਮ ਜਨਤਾ ਜਿਹੜੀ ਆ ਉਹ ਕਿੰਨੀਆਂ ਮੁਸ਼ਕਲਾਂ 'ਚ ਹੈ, ਇੱਥੋਂ ਤੱਕ ਕਿ ਸਕੂਲ ਕਾਲਜਾਂ ਦੇ ਬੱਚੇ ਜਿਹੜੇ ਉਹਨਾਂ ਨੂੰ ਮੁਸ਼ਕਲਾਂ ਆ ਗਏ ਨੇ। ਸੋ ਇਹ ਰਸਤਾ ਜਿਹੜਾ ਖੋਲ੍ਹਣ ਦੇ ਆਦੇਸ਼ ਕਰਨੇ ਚਾਹੀਦੇ ਸੀ। ਔਰ ਇਹ ਗੱਲ ਸਾਬਤ ਹੋ ਗਈ ਹੈ ਕਿ ਰਸਤਾ ਜਿਹੜਾ ਸੀ ਇਹ ਕਿਸਾਨਾਂ ਨੇ ਨਹੀਂ ਰੋਕੇ, ਇਹ ਹਰਿਆਣਾ ਸਰਕਾਰ ਨੇ ਰੋਕੇ ਸੀ,
ਜਿਸ ਕਰਕੇ ਹਰਿਆਣਾ ਸਰਕਾਰ ਮਾਣਯੋਗ ਹਾਈ ਕੋਰਟ ਦੇ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਗਈ ਅਤੇ ਸੁਪਰੀਮ ਕੋਰਟ ਨੇ ਅੱਜ ਜਿਹੜਾ ਫੈਸਲਾ ਦਿੱਤਾ ਇਹ ਹੈਰਾਨੀਜਨਕ ਫੈਸਲਾ ਹੈ। ਅਤੇ ਮੈਂ ਮਾਣਯੋਗ ਸੁਪਰੀਮ ਕੋਰਟ ਨੂੰ ਅਪੀਲ ਕਰਨੀ ਚਾਹੁੰਦਾ ਕਿ ਇਹ 'ਤੇ ਮੁੜ ਵਿਚਾਰ ਕਰਕੇ ਅਤੇ ਇਹ ਰਸਤੇ ਜਿਹੜੇ ਆ ਇਹ ਖੋਲ੍ਹੇ ਜਾਣ, ਜਾਂ ਤਾਂ ਸੁਪਰੀਮ ਕੋਰਟ ਵਿੱਚ ਪੈ ਕੇ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਪੂਰਨ ਤੌਰ 'ਤੇ ਲਾਗੂ ਕਰਾਵੇ, ਜਾਂ ਫਿਰ ਇਹ ਰਸਤੇ ਜਿਹੜੇ ਨੇ ਖੁਲ੍ਹਾ ਕੇ ਅਤੇ ਸਾਨੂੰ ਦਿੱਲੀ ਜਾਣ ਦੀ ਜਿਹੜੀ ਆ ਉਹ ਰਸਤੇ ਜਿਹੜੇ ਆ ਉਹ ਕਲੀਅਰ ਕੀਤੇ ਜਾਣ। ਸੋ ਇਹ ਜਿਹੜਾ ਫੈਸਲਾ ਅੱਜ ਕੀਤਾ ਹੈ ਸੁਪਰੀਮ ਕੋਰਟ ਨੇ, ਇਹ 'ਤੇ ਸੁਪਰੀਮ ਕੋਰਟ ਨੂੰ ਮੁੜ ਵਿਚਾਰ ਕਰਨੀ ਚਾਹੀਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।